ਸਾਡੀ ਇੱਕ ਸਪੈਸ਼ਲ ਟੀਮ ਜਿਹੜੀ ਖੁਫੀਆ ਤੌਰ 'ਤੇ ਉਹ ਬਣਾਈ ਗਈ ਸੀਗੀ, ਜਿਹਦਾ ਟਾਰਗੇਟ ਸੀਗਾ ਜਿਹੜਾ ਵਨ ਆਫ ਦਾ ਮੋਸਟ ਵਾਂਟਿਡ ਕ੍ਰਿਮੀਨਲ ਹੈ ਅਮਨਦੀਪ ਸਿੰਘ ਸਕੋਡਾ, ਅਮਨਦੀਪ ਸਿੰਘ ਕੰਬੋਜ ਔਰ ਸਕੋਡਾ, ਜਿਹਨੂੰ ਫੜਨ ਵਾਸਤੇ ਇਹ ਟੀਮ ਨੇ ਵੱਖ ਵੱਖ ਸਟੇਟਾਂ ਦੇ ਵਿੱਚ ਵੱਖ ਵੱਖ ਏਰੀਆਜ਼ ਦੇ ਵਿੱਚ ਛਾਪੇਮਾਰੀ ਕੀਤੀ, ਜਿਵੇਂ ਕਿ ਪੰਚਕੂਲਾ, ਚੰਡੀਗੜ੍ਹ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਇਹਨਾਂ ਦੇ ਵਿੱਚ ਲਗਾਤਾਰ ਸਾਡੀ ਸਰਚ ਜਿਹੜੀ ਸੀ ਉਹ ਖੁਫੀਆ ਤੌਰ 'ਤੇ ਅਤੇ ਟੈਕਨੀਕਲ ਤੌਰ 'ਤੇ ਚੱਲ ਰਹੀ ਸੀ। ਇਹ ਦੋਸ਼ੀ ਅਮਨਦੀਪ ਸਿੰਘ ਕੰਬੋਜ ਔਰ ਸਕੋਡਾ 2016-17 ਤੋਂ ਵੱਖ ਵੱਖ ਕੇਸਾਂ ਦੇ ਵਿੱਚ ਲੋੜੀਂਦਾ ਸੀ। ਇਹਦੇ ਉੱਤੇ ਕੁੱਲ 39 ਕੇਸਿਸ ਜਿਹੜੇ ਹੈਗੇ ਨੇ ਉਹ ਰਜਿਸਟਰਡ ਨੇ ਇਨ ਟੋਟਲ 6 ਡਿਸਟ੍ਰਿਕਟਸ, 6 ਜ਼ਿਲ੍ਹਿਆਂ ਦੇ ਵਿੱਚ। ਇਹ ਕੇਸਿਸ 307, 420, 384, 326, 365, 465, 467, 471, 120B, IPC 66 ਅਤੇ 67 IT ਐਕਟ ਵਰਗੀਆਂ ਵੱਖ ਵੱਖ IPC ਦੀਆਂ ਧਾਰਾਵਾਂ ਦੇ ਵਿੱਚ ਅਤੇ IT ਐਕਟ ਦੀਆਂ ਧਾਰਾਵਾਂ ਦੇ ਵਿੱਚ ਦਰਜ ਹੋਏ ਹੋਏ ਨੇ। ਇਹਨਾਂ 39 ਕੇਸਿਸ ਦੇ ਵਿੱਚੋਂ 20 ਕੇਸਿਸ ਸਿਰਫ ਫਾਜ਼ਿਲਕਾ ਡਿਸਟ੍ਰਿਕਟ ਦੇ ਸੀਗੇ ਅਤੇ ਬਾਕੀ ਦੇ 19 ਕੇਸਿਸ 5 ਅਲੱਗ ਅਲੱਗ ਜ਼ਿਲ੍ਹਿਆਂ ਦੇ ਸੀਗੇ, ਜਿੱਦਾਂ ਕਿ ਫਾਜ਼ਿਲਕਾ ਦੇ ਵਿੱਚ 20, ਫਿਰੋਜ਼ਪੁਰ ਦੇ ਵਿੱਚ 11, ਮੋਗਾ ਦੇ ਵਿੱਚ 3, ਪਟਿਆਲਾ ਦੇ ਵਿੱਚ 2 ਕੇਸਿਸ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ 1 ਕੇਸ, ਮੋਹਾਲੀ ਦੇ ਵਿੱਚ 1 ਕੇਸ। ਇਹਨਾਂ ਕੇਸਿਸ ਦੇ ਵਿੱਚੋਂ 8 ਕੇਸਿਸ ਦੇ ਵਿੱਚੋਂ ਇਹ ਪ੍ਰੋਕਲੇਮਡ ਓਫੈਂਡਰ ਘੋਸ਼ਿਤ ਕੀਤਾ ਜਾ ਚੁੱਕਿਆ ਸੀ ਸੈਕਸ਼ਨ 82 CRPC ਦੇ ਤਹਿਤ, ਅਤੇ 26 ਕੇਸਿਸ ਦੇ ਵਿੱਚ ਉਹ 299 CRPC ਦੇ ਤਹਿਤ ਪੈਰੋਲ ਪ੍ਰੋਕਲੇਮਡ ਓਫੈਂਡਰ ਘੋਸ਼ਿਤ ਕੀਤਾ ਜਾ ਚੁੱਕਿਆ ਸੀ। ਸਾਡੀ ਟੀਮ ਨੂੰ ਮਿਤੀ 15 ਮਾਰਚ 2024 ਨੂੰ ਸਫਲਤਾ ਮਿਲੀ, ਜਦੋਂ ਕਿ ਸਾਨੂੰ ਇਨਫੋਰਮੇਸ਼ਨ ਸੀ ਕਿ ਵਾਰਾਣਸੀ ਦੇ ਵਿੱਚ ਉਹ ਆਪਣੀ ਆਈਡੈਂਟੀ ਨੂੰ ਹਾਈਡ ਕਰਕੇ ਉੱਥੇ 14 ਰਵਿੰਦਰਪੁਰੀ ਸਾਧੂ ਵਾਲਾ ਅਪਾਰਟਮੈਂਟ ਵਾਰਾਣਸੀ ਉੱਤਰ ਪ੍ਰਦੇਸ਼ ਦੇ ਵਿੱਚ ਲੁਕਿਆ ਹੋਇਆ, ਅਤੇ ਜਦੋਂ ਟੀਮ ਨੇ ਉੱਥੇ ਜਾ ਕੇ ਛਾਪਾਮਾਰੀ ਕੀਤੀ ਤਾਂ ਉੱਥੋਂ ਟੀਮ ਨੂੰ ਇਹ ਬਹੁਤ ਵੱਡੀ ਸਫਲਤਾ ਹਾਸਿਲ ਹੋਈ। ਇਸ ਤੋਂ ਇਲਾਵਾ 15 ਤਰੀਕ ਨੂੰ ਅਰੈਸਟ ਪਾਉਣ ਤੋਂ ਬਾਅਦ ਸਾਨੂੰ 20 ਤਰੀਕ ਤੱਕ ਉਹਦਾ ਪੁਲਿਸ ਰਿਮਾਂਡ ਹਾਸਿਲ ਹੋਇਆ। 20 ਇਹਨਾਂ ਪੰਜ ਦਿਨਾਂ ਦੇ ਵਿੱਚ ਜੋ ਹੈ ਇਸ ਇਹਦੀ ਨਿਸ਼ਾਨਦੇਹੀ ਦੇ ਉੱਤੇ ਇਹਦਾ ਇੱਕ ਭਾਣਜਾ ਜੋ ਪ੍ਰਿੰਸ ਉਰਫ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਦੇ ਕੋਲ ਜਿਹਦੇ ਉੱਤੇ ਵੱਖਰਾ ਕੇਸ ਸੈਕਸ਼ਨ 27 ਮਿਤੀ 18 ਮਾਰਚ 2024 ਨੂੰ, ਮੁਕਦਮਾ ਨੰਬਰ 27 18 ਮਾਰਚ 2024 ਨੂੰ ਅਧੀਨ ਧਾਰਾ 25 ਅਤੇ 27-54 ਆਰਮਸ ਐਕਟ ਦੇ ਵਿੱਚ ਦਰਜ ਕੀਤਾ ਗਿਆ। ਟੋਟਲ ਰਿਕਵਰੀ ਜਿਹੜੀ ਹੋਈ ਆ ਹੁਣ ਤੱਕ ਉਹ ਹੈ ਇੱਕ ਲੈਪਟੋਪ ਮਾਰਕਾ ਐਪਲ, ਮੈਕਬੁੱਕ ਪ੍ਰੋ, 5 ਵੱਖਰੇ ਵੱਖਰੇ ਮੋਬਾਈਲ ਫੋਨ ਜਿਨ੍ਹਾਂ ਦੇ ਵਿੱਚੋਂ 2 ਐਪਲ ਦੇ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ, 2 ਸੈਮਸੰਗ ਦੇ, ਇੱਕ ਰੈਡਮੀ ਦਾ ਐਂਡਰੋਇਡ ਫੋਨਸ, 2 ਵੱਖ ਵੱਖ ਆਧਾਰ ਕਾਰਡ ਜਿਹੜੇ ਕਿ ਇਹਦੇ ਹੀ ਆਧਾਰ ਕਾਰਡ ਸੀ ਬਟ ਡਿਫਰੈਂਟ ਡਿਫਰੈਂਟ ਆਈਡੈਂਟੀਜ਼ ਬਣਾ ਕੇ ਆਧਾਰ ਕਾਰਡ ਬਣਾਏ ਗਏ ਸੀਗੇ, ਡਰਾਈਵਿੰਗ ਲਾਇਸੈਂਸਿਸ, 3 ਅਲੱਗ ਅਲੱਗ ਬੈਂਕਾਂ ਦੇ ATMs ਕਾਰਡ ਜੋ ਇਹਦੇ ਨਹੀਂ ਸੀ, ਕਿਸੇ ਹੋਰ ਇਹਦੇ ਜਾਣਕਾਰ ਲੋਕਾਂ ਦੇ ਸੀ ਜੋ ਇਹ ਯੂਜ਼ ਕਰ ਰਿਹਾ ਸੀ, ਇੱਕ ਕਿਸੇ ਹੋਰ ਬੰਦੇ ਦੇ ਨਾਮ ਦਾ ਡਰਾਈਵਿੰਗ ਲਾਇਸੈਂਸ, 1 ਪੈਨ ਡਰਾਈਵ, 5 ਡਾਇਰੀਆਂ, ਪੋਕਿਟ ਡਾਇਰੀਜ਼ ਅਤੇ ਨੋਟ ਡਾਇਰੀਜ਼, 2 ਪਾਵਰ ਬੈਂਕਸ, 5 ਸਿਮ ਕਾਰਡਸ ਅਲੱਗ ਅਲੱਗ ਵਿਅਕਤੀਆਂ ਦੇ ਨਾਮ ਦੇ ਉੱਤੇ ਜਾਰੀ ਕੀਤੇ। ਇਹ ਦੋਸ਼ੀ ਦੇ ਉੱਪਰ ਸਰਕਾਰ ਵੱਲੋਂ 2 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ, ਅਤੇ ਸਾਡੀ ਟੀਮ ਨੂੰ ਮਾਣਯੋਗ SSP ਸਾਹਿਬ ਨੇ ਬਹੁਤ ਸ਼ਲਾਘਾ ਦਿੱਤੀ ਹੈ ਇਸ ਬਹੁਤ ਵੱਡੀ ਕਾਮਯਾਬੀ ਨੂੰ ਹਾਸਿਲ ਕਰਨ। ਇਹਦੇ ਐਲੀਬਾਈਜ਼ ਨੇ ਜੋ ਇਹਨੂੰ ਹਾਈਡ ਕਰਨ ਦੇ ਵਿੱਚ ਇਹਦੀ ਹੈਲਪ ਕਰਦੇ ਸੀਗੇ ਉਹ ਬੰਦੇ ਵੀ ਆਈਡੈਂਟੀਫਾਈ ਕੀਤੇ ਗਏ ਨੇ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ, ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ, ਦੇਹਰਾਦੂਨ ਦੇ ਵਿੱਚ, ਦਿੱਲੀ ਦੇ ਵਿੱਚ ਇਹਦੇ ਐਲੀਬਾਈ ਸੀਗੇ, ਜਿੱਥੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬ ਪੁਲਿਸ ਤੋਂ ਬਚਣ ਲਈ ਆਪਣੇ ਟਿਕਾਣੇ ਇਹਨੇ ਬਣਾਏ ਹੋਏ ਸੀਗੇ।
ਉਹਨਾਂ ਦੀ ਜਾਣਕਾਰੀ ਇਹਦੇ ਐਲੀਬਾਈਜ਼ ਦੀ ਜਾਣਕਾਰੀ ਆਉਣ ਵਾਲੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਮੀਡੀਆ ਨਾਲ ਸ਼ੇਅਰ ਕੀਤੀ ਜਾਊਗੀ। ਇਹਦੇ ਵਿੱਚ ਜੀ ਕੋਈ ਐਂਪੀਟਿਊਡ ਜਿਹੜਾ ਹੈਗਾ ਉਦੋਂ ਤੱਕ ਨਹੀਂ ਕਲੀਅਰ ਕੀਤਾ ਜਾ ਸਕਦਾ ਜਦੋਂ ਤੱਕ ਇਹਨਾਂ 39 ਕੇਸਿਸ ਦੇ ਵਿੱਚ ਜਿਹੜੇ ਐਲੀਗੇਸ਼ਨ ਲੱਗੇ ਨੇ ਉਹ ਦੋਸ਼ ਸਹਿਤ ਸਾਬਿਤ ਨਾ ਹੋ ਜਾਣ। ਅਦਰਵਾਈਜ਼ ਜੋ ਕੰਪਲੇਂਟਸ ਹੈਗੀਆਂ ਨੇ ਉਹ ਨਵੀਆਂ ਹੋਰ ਵੀ ਕੰਪਲੇਂਟਸ ਆ ਰਹੀਆਂ ਨੇ, ਜੋ ਟੋਟਲ ਅਮਾਊਂਟ ਜਿਹੜੀ ਹੈਗੀ ਉਹ ਵੱਖਰੇ ਤੌਰ 'ਤੇ ਇਨਵੈਸਟੀਗੇਸ਼ਨ ਪੁਲਿਸ ਰਿਮਾਂਡ ਕੰਪਲੀਟ ਹੋਣ ਤੋਂ ਬਾਅਦ ਅਲੱਗ ਤੋਂ ਦੱਸਿਆ ਜਾਊਗਾ। ਦੇ 384 ਦੇ, 326 ਦੇ, 365 ਦੇ, 465, 467, 471, 120 ਧੋਖਾਧੜੀ ਦੇ ਅਤੇ ਕੁੱਟਮਾਰ ਕਰਨ ਦੇ, ਪ੍ਰੈਸ਼ਰ ਪਾਉਣ ਦੇ, ਐਕਸਟੋਰਸ਼ਨ ਦੇ, ਇਸ ਤਰ੍ਹਾਂ ਦੇ ਕੇਸਿਸ ਰਜਿਸਟਰਡ। ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਜਿੰਨੇ ਵੀ ਫਰੋਡ ਸਾਹਮਣੇ ਆਏ ਨੇ, ਜੋ ਖਾਸ ਤੌਰ 'ਤੇ ਫਾਜ਼ਿਲਕਾ ਦੇ 20 ਕੇਸਿਸ, 20 ਕੇਸਿਸ ਰਜਿਸਟਰਡ ਨੇ, ਉਸ ਸੰਬੰਧੀ 4 ਕੇਸਿਸ ਸਦਰ ਫਾਜ਼ਿਲਕਾ ਦੇ ਜਿਹੜੇ ਹੈਗੇ ਨੇ ਉਹ ਇਹਦੇ 'ਤੇ ਰਜਿਸਟਰਡ ਨੇ। ਉਸ ਸੰਬੰਧੀ ਪੁੱਛਗਿੱਛ ਕਰੰਟਲੀ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਇਹਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਕੀਤੀ ਜਾ ਰਹੀ ਹੈ। ਜਿਵੇਂ 106 ਨੰਬਰ ਮੁਕੱਦਮਾ 2022 ਦਾ, ਜੋ ਕਿ 1 ਜੂਨ 2022 ਨੂੰ ਰਜਿਸਟਰ ਹੋਇਆ ਸੀ। 232 ਮੁਕੱਦਮਾ ਹੈਗਾ 2021 ਦਾ ਪੁਲਿਸ ਸਟੇਸ਼ਨ ਸਦਰ ਫਾਜ਼ਿਲਕਾ ਦਾ, ਜੋ 26 ਅਗਸਤ 2021 ਨੂੰ ਰਜਿਸਟਰ ਹੋਇਆ ਸੀ। 122 ਨੰਬਰ ਮੁਕੱਦਮਾ ਹੈਗਾ 2014 ਦਾ, ਜਿਹੜਾ ਕਿ ਜਿਸਦੇ ਵਿੱਚ 299 ਦਾ POV ਹੈ। ਇਸ ਤੋਂ ਇਲਾਵਾ 358 ਮੁਕੱਦਮਾ ਜਿਹੜਾ ਹੈਗਾ ਉਹ 2020 ਦਾ, 15 ਮਾਰਚ 2020 ਨੂੰ ਰਜਿਸਟਰ ਹੋਇਆ ਸੀ। ਇਹਨਾਂ 4 ਕੇਸਿਸ 'ਤੇ ਫਿਲਹਾਲ ਉਹਦੀ ਪੁੱਛਗਿੱਛ ਚੱਲ ਰਹੀ ਹੈ। ਬਾਕੀ ਕੇਸਿਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੱਖ ਵੱਖ ਕੇਸਿਸ ਦੇ ਵਿੱਚ ਇਹਦੀ ਪ੍ਰੋਡਕਸ਼ਨ ਅਤੇ ਪੁਲਿਸ ਰਿਮਾਂਡ ਲੈ ਕੇ ਇਹਨੂੰ ਇੰਟੈਰੋਗੇਟ ਕੀਤਾ ਜਾਊਗਾ ਅਤੇ ਪੁੱਛਗਿੱਛ ਕੀਤੀ ਜਾਊਗੀ। ਫਿਲਹਾਲ ਅੱਜ ਇਹਦੀ ਜਿਹੜੀ ਪੁਲਿਸ ਰਿਮਾਂਡ 1 ਕੇਸ ਦੇ ਵਿੱਚ ਖਤਮ ਹੋ ਰਹੀ ਸੀ, ਡਿਸਟ੍ਰਿਕਟ ਫਿਰੋਜ਼ਪੁਰ ਦੀ ਟੀਮ ਨੇ ਇਹਦਾ ਪ੍ਰੋਡਕਸ਼ਨ ਰਿਮਾਂਡ ਲੈ ਕੇ ਇਹਦੀ ਜਿਹੜੀ ਕਸਟਡੀ ਹੈਗੀ ਉਹ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ। ਅਤੇ ਉਸ ਤੋਂ ਬਾਅਦ ਅਕੋਰਡਿੰਗਲੀ ਸਾਡੀ ਜਿਹੜੀ ਪ੍ਰਾਇਰਿਟੀ ਬਣੀ ਹੋਈ ਹੈ ਇਨਵੈਸਟੀਗੇਸ਼ਨ ਦੀ, ਉਹਦੇ ਅਕੋਰਡਿੰਗਲੀ ਵੱਖ ਵੱਖ ਸਾਡੀਆਂ ਜਿਹੜੀਆਂ ਪੁਲਿਸ ਯੂਨਿਟਸ ਨੇ ਉਹਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਇੰਟੈਰੋਗੇਟ ਕਰਨਗੇ ਅਤੇ ਆਪਣੀ ਇਨਵੈਸਟੀਗੇਸ਼ਨ ਨੂੰ ਲੋਜੀਕਲ ਐਂਡ 'ਤੇ ਲੈ ਕੇ ਜਾਣਗੇ। ਇਹਦੇ 'ਚ ਕੁਛ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਸੀਕ੍ਰੇਟ ਤੌਰ 'ਤੇ ਵੀ ਚੱਲ ਰਹੀ ਸੀ, ਕਿਉਂਕਿ ਇੰਨਾ ਵੱਡਾ ਓਪਰੇਸ਼ਨ ਸੀ। 2017 ਤੋਂ ਇਹ ਵਾਂਟਿਡ ਸੀ, ਹੁਣ ਤੱਕ ਫੜਿਆ ਨਹੀਂ ਗਿਆ ਸੀ। ਵੱਖ ਵੱਖ ਸਟੇਟਸ ਦੇ ਵਿੱਚ ਅਸੀਂ ਓਪਰੇਸ਼ਨਸ ਵੀ ਚਲਾਏ ਸੀਗੇ। ਕੁਛ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨ ਸੀ ਜਿਹਦੇ ਕਰਕੇ ਸਾਨੂੰ ਕਲੈਰੀਫਿਕੇਸ਼ਨ ਜ਼ਰੂਰੀ ਸੀ। ਪ੍ਰੈਸ ਨੋਟ ਪਹਿਲਾਂ ਵੀ ਜਾਰੀ ਕੀਤਾ ਜਾ ਚੁੱਕਿਆ ਸੀ, ਪਰ ਅੱਜ ਕੰਪਲੀਟ ਡਿਟੇਲਸ ਨਾਲ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋਏ। ਉੱਥੋਂ ਆਪਣੇ ਲੈਪਟਾਪ ਜਿਹੜਾ ਇਹਦੇ ਕੋਲ ਸੀਗਾ ਉਹਦੇ ਵਿੱਚ ਐਡੀਟਿੰਗ ਕਰਦਾ ਸੀਗਾ, ਆਪਣੇ ਲੈਵਲ 'ਤੇ ਐਡੀਟਿੰਗ ਕਰਦਾ ਸੀਗਾ। ਅਤੇ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਵੀ ਇਹਨੇ ਆਊਟਸੋਰਸ ਕਿਸੇ ਹੋਰ ਜਗ੍ਹਾ ਤੋਂ, ਜੇ ਉਹ ਆਧਾਰ ਕਾਰਡ ਬਣਵਾਏ ਹੋਣ। ਆਧਾਰ ਕਾਰਡ ਤੋਂ ਬਿਨਾਂ ਇਹਦੀਆਂ ਕੁਛ ਔਨਲਾਈਨ ਪ੍ਰੈਜੈਂਸ ਵੀ ਹੈਗੀ ਹੈ, ਇੰਟਰਨੈਟ ਦੇ ਉੱਤੇ ਵੀ ਇਹਨੇ ਫੇਕ ਆਈਡੈਂਟੀਟੀਜ਼ ਬਣਾ ਕੇ ਇੰਪਰਸੋਨੇਸ਼ਨਸ ਕਰਕੇ ਆਪਣੀ ਪ੍ਰੈਜੈਂਸ ਔਨਲਾਈਨ ਵੀ ਕੀਤੀ ਹੋਈ ਸੀ, ਜੋ ਲੋਕਾਂ ਨੂੰ ਫਰੋਡ ਕਰਨ ਵਾਸਤੇ ਯੂਜ਼ ਕਰਦਾ ਸੀ ਜੀ। 5 ਸਿਮ ਕਾਰਡਸ ਅਲੱਗ ਅਲੱਗ ਬੰਦੇ ਦੇ ਨਾਮ 'ਤੇ ਜਿਹੜੇ ਹੈਗੇ ਨੇ ਉਹ ਪਾਏ ਗਏ ਨੇ। ਦੋ ਲੇਡੀਜ਼ ਦੇ ਨਾਮ ਨਹੀਂ, ਰਿਸ਼ਤੇਦਾਰ ਨਹੀਂ ਹੈਗੇ, ਉਹ ਆਈਡੈਂਟੀਟੀਜ਼ ਬਿਹਾਰ ਦੀਆਂ ਅਤੇ ਉੱਤਰ ਪ੍ਰਦੇਸ਼ ਦੀਆਂ ਹੈਗੀਆਂ ਨੇ, ਜਿਹਦੇ ਨਾਮ 'ਤੇ ਸਿਮ ਕਾਰਡਸ ਇਸ਼ੂ ਕੀਤੇ ਗਏ। ਉਹਨਾਂ ਦੇ ਵਿੱਚੋਂ ਇੱਕ ਬੰਦਾ ਤਾਂ ਉਹ ਹੈ ਜਿਹਦੇ ਇਹ ਘਰ ਦੇ ਵਿੱਚ ਰਹਿੰਦਾ ਸੀ, ਰਾਮਨੁਜ ਨਾਮ ਦਾ ਇੱਕ ਵਿਅਕਤੀ ਸੀ ਜਿਸਦੇ ਘਰ ਦੇ ਵਿੱਚ ਇਹ ਰਹਿੰਦਾ ਸੀ, ਅਤੇ ਉਹਦੇ ਨਾਮ 'ਤੇ ਆਈਡੈਂਟੀਟੀ ਹੈ। 5 ਆਈਡੈਂਟੀਟੀਜ਼ ਹੋਰ ਨੇ ਜੋ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਉੱਥੇ ਦੇ ਰਹਿਣ ਵਾਲਿਆਂ ਦੇ ਬੰਦੇ ਦੇ ਨਾਮ 'ਤੇ। ਜੀ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਡਿਸਟ੍ਰਿਕਟ ਫਿਰੋਜ਼ਪੁਰ ਪੁਲਿਸ ਸਾਡੇ ਤੋਂ, ਅਸੀਂ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਅਤੇ ਉਹ ਪ੍ਰੋਡਕਸ਼ਨ ਰਿਮਾਂਡ ਦੇ ਉੱਤੇ ਆਪਣੇ ਕੋਲ ਆਪਣੀ ਕਸਟਡੀ ਦੇ ਵਿੱਚ ਲੈ ਕੇ ਜਾ ਰਹੇ ਨੇ। ਸਾਡੇ ਕੋਲ 20 ਕੇਸਿਸ ਦੇ ਵਿੱਚੋਂ ਹਜੇ ਤੱਕ ਸਿਰਫ ਅਸੀਂ 1 ਕੇਸ ਦਾ ਰਿਮਾਂਡ ਲਿਆ, ਬਾਕੀ ਕੇਸਿਸ ਦੇ ਰਿਮਾਂਡ ਦਾ ਅਸੀਂ ਬਾਅਦ 'ਚ ਲਵਾਂਗੇ ਜਦੋਂ ਉਹਨਾਂ ਦੀ ਇੰਟੈਰੋਗੇਸ਼ਨ ਕੰਪਲੀਟ ਹੋ ਜੂਗੀ। ਨਹੀਂ, 20 ਕੇਸਿਸ ਦੇ ਵਿੱਚੋਂ ਸਿਰਫ 1 ਕੇਸ ਦਾ ਹਜੇ ਪੁਲਿਸ ਰਿਮਾਂਡ ਫਾਜ਼ਿਲਕਾ ਡਿਸਟ੍ਰਿਕਟ ਦਾ ਖਤਮ ਹੋਇਆ, 19 ਕੇਸਿਸ ਦਾ ਹਜੇ ਪੈਂਡਿੰਗ ਹੈ। ਪਹਿਲਾਂ ਫਿਰੋਜ਼ਪੁਰ ਡਿਸਟ੍ਰਿਕਟ ਦੀ ਜੋ ਪ੍ਰਾਇਰਿਟੀ ਅਸੀਂ ਬਣਾਈ ਹੈ ਸਾਡੇ ਸੀਨੀਅਰ ਆਫਿਸਰਸ ਦੇ ਦਿਸ਼ਾ ਨਿਰਦੇਸ਼ਾਂ 'ਤੇ, ਅਸੀਂ ਉਹ ਟਰਨ ਵਾਈਜ਼ ਕਰ ਰਹੇ ਹਾਂ ਤਾਂ ਕਿ ਜੋ ਦੂਸਰੀ ਕੇਸ ਕੰਪਲੇਂਟਸ ਆਈਆਂ ਹੋਈਆਂ ਨੇ ਅਲੱਗ ਅਲੱਗ ਡਿਸਟ੍ਰਿਕਟ ਦੇ ਵਿੱਚ, ਉਹਨਾਂ ਨੂੰ ਵੀ ਆਪਣੀ ਇਨਵੈਸਟੀਗੇਸ਼ਨ ਪੈਰਲੀ ਹੋ ਸਕੇ, ਉਹਨਾਂ ਦੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਸੈਟਿਸਫਾਈ ਕਰਵਾਇਆ ਜਾ ਸਕੇ। ਜਿਹੜਾ ਹਥਿਆਰ ਬਰਾਮਦ ਹੋਇਆ ਜੀ ਉਹ ਪ੍ਰਿੰਸ ਦੇ ਨਾਮ 'ਤੇ ਲਾਇਸੈਂਸੀ ਵੈਪਨ ਹੈ, ਪਰ ਉਹਦੀ ਜਿਹੜੀ ਮਿਆਦ ਸੀਗੀ ਉਹ 2023 ਦੇ ਵਿੱਚ ਖਤਮ ਹੋ ਚੁੱਕੀ ਸੀ। ਇਸ ਵੈਪਨ ਦੇ ਨਾਲ ਨਾਲ ਇਹਦੇ ਕੋਲ 2 ਮੈਗਜ਼ੀਨ ਅਤੇ 13 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ। 32 ਬੋਰ ਦਾ ਪਿਸਟਲ ਹੈ।
ਇਸ ਹਥਿਆਰ ਦੇ ਨਾਲ ਤਾਂ ਨਹੀਂ ਕਹਿ ਸਕਦੇ, ਲੇਕਿਨ ਟੋਟਲ ਜਿਹੜੇ ਵੈਪਨ ਯੂਜ਼ ਹੋਏ ਨੇ ਉਹ 8 ਕੇਸਿਸ ਦੇ ਵਿੱਚ, ਜਿਹੜੇ ਟੋਟਲ 39 ਕੇਸਿਸ ਨੇ, ਇਹਨਾਂ ਦੇ ਵਿੱਚ 8 ਕੇਸਿਸ ਦੇ ਵਿੱਚ ਡਿਫਰੈਂਟ ਡਿਫਰੈਂਟ ਕੇਸਿਸ ਦੇ ਵਿੱਚ ਵੈਪਨ ਯੂਜ਼ ਹੋਏ ਨੇ, ਉਹ ਇਹੀ ਵੈਪਨ ਹੈ ਜਾਂ ਕੋਈ ਹੋਰ ਵੈਪਨਸ ਨੇ, ਉਹ ਜਿਵੇਂ ਜਿਵੇਂ ਇਹਨਾਂ ਕੇਸਿਸ ਦੇ ਵਿੱਚ ਪੁਲਿਸ ਰਿਮਾਂਡ ਲੈ ਕੇ ਇਹਨਾਂ ਨੂੰ ਵੈਰੀਫਿਕੇਸ਼ਨ ਹੋਊਗੀ, ਇੰਟੈਰੋਗੇਸ਼ਨ ਹੋਊਗੀ, ਉਹ ਚੀਜ਼ ਸਾਹਮਣੇ ਆਊਗੀ। ਮੁਕੱਦਮਾ ਨੰਬਰ 358/2020 ਦਾ ਹੈਗਾ, ਜਿਹੜਾ 15 ਮਾਰਚ 2020 ਨੂੰ ਰਜਿਸਟਰ ਹੋਇਆ ਸੀ, ਜਿਹਦੇ ਛੰਸਰਾਜ ਗੋਲਡਨ ਜੀ ਇਹਦੇ 'ਚ ਕੰਪਲੇਨੈਂਟ ਸੀਗੇ। ਉਹਦੇ ਵਿੱਚ ਜੀ ਉਹਦੇ 'ਚ ਇੱਕ ਵੈਪਨ ਯੂਜ਼ ਹੋਇਆ ਸੀਗਾ, ਪਿਸਟਲ। ਅਤੇ ਉਹਦੇ ਵਿੱਚ ਸਾਡੇ ਪੁੱਛਗਿੱਛ ਦੇ ਵਿੱਚ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਵੈਪਨ ਯੂਜ਼ ਹੋਇਆ ਸੀਗਾ ਉਹ ਇਹੀ ਸੀ ਪ੍ਰਿੰਸ ਵਾਲਾ, ਪਰ ਜਿਹਦੇ ਸੰਬੰਧੀ ਇਹ ਸੰਬੰਧਿਤ ਜਿਹੜੇ ਇਹਦੇ 'ਚ ਵਿਟਨੈਸ ਸੀਗੇ ਉਹਨਾਂ ਦੀ ਪੁੱਛਗਿੱਛ ਅਜੇ ਬਾਕੀ ਹੈ, ਤਾਂ ਕਿ ਵੈਪਨ ਦੀ ਆਈਡੈਂਟੀ ਨੂੰ ਉਹਦੇ ਨਾਲ ਰਿਲੇਟ ਕੀਤਾ ਜਾ ਸਕੇ। ਵੱਖ ਵੱਖ ਤਰ੍ਹਾਂ ਦੇ ਜੀ ਰਿਕਰੂਟਮੈਂਟ ਕਰਵਾਉਣ ਵਾਸਤੇ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰਨਾਂ ਮਹਿਕਮਿਆਂ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾਉਣ ਵਾਸਤੇ ਪੈਸੇ ਲਏ ਜਾਣੇ, ਇਸ ਤਰ੍ਹਾਂ ਦੇ ਨਾਲ ਰਿਲੇਟਡ ਜੋ ਠੱਗੀਆਂ ਜੋ ਮਾਰੀ ਜਾਂਦੀਆਂ। ਦੇਖੋ ਵੱਖ ਵੱਖ ਕੇਸਾਂ ਦੇ ਵਿੱਚ ਜੋ ਅਸੀਂ ਹੁਣ ਤੱਕ ਵੈਰੀਫਾਈ ਕਰਿਆ, ਟੋਟਲ 39 ਕੇਸਿਸ ਦੇ ਵਿੱਚੋਂ 34 ਲੱਖ ਰੁਪਏ ਦੇ ਕਰੀਬ ਰਿਕਵਰ ਵੀ ਹੋ ਚੁੱਕਿਆ, ਬਾਕੀ ਜਿਸ ਤਰ੍ਹਾਂ ਦੇ ਐਲੀਗੇਸ਼ਨਸ ਲੱਗੇ ਨੇ ਸਾਬਤ ਹੋਣ 'ਤੇ ਉਹ ਸਾਰੇ ਪੈਸੇ ਜੋ ਰਿਕਵਰ ਕਰਵਾਏ ਜਾਣਗੇ ਪੁਲਿਸ ਕੋਲ। ਪਿਛਲੇ ਕੇਸਿਸ ਜੋ ਇਹ 2016 ਦੇ ਵਿੱਚ ਵੀ ਇਹ ਫੜਿਆ ਗਿਆ ਸੀਗਾ, ਟੋਟਲ ਜਿਹੜੇ ਇਹਦੇ ਕਿਹੜੇ ਕੇਸਿਸ ਨੇ ਇਹਦੇ ਫਰੋਡ ਦੇ ਐਲੀਗੇਸ਼ਨਸ ਲੱਗੇ ਨੇ, ਹੁਣ ਨਹੀਂ ਰਿਕਵਰ ਹੋਇਆ ਜਿਹੜੇ ਪਹਿਲਾਂ ਰਿਕਵਰ ਹੋਏ ਸੀ। ਨਹੀਂ ਹੁਣ ਤਾਂ ਫਿਲਹਾਲ ਇਹਦੇ ਕੋਲੋਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਆਈਟਮਸ ਨੇ, ਫੋਨ, ਮੋਬਾਈਲ ਫੋਨ ਨੇ, ਵੈਪਨ ਹੈ, ਇਹ ਚੀਜ਼ਾਂ ਰਿਕਵਰ ਹੋਈਆਂ। ਇੱਕ ਸਰਾਹ ਸੀਗੀ, ਇਹਦਾ ਐਡਰੈਸ ਸੀਗਾ 14 ਰਵਿੰਦਰਪੁਰੀ ਸਿੱਧੂ ਵਾਲਾ ਅਪਾਰਟਮੈਂਟ, ਇਹ ਸਰਾਹ ਦੇ ਦੇ ਵਿੱਚ ਰਹਿ ਰਿਹਾ ਸੀ। ਇਹਨੂੰ ਸ਼ਰਨ ਦੇ ਰਹੇ ਸੀਗੇ, ਉਹਦੇ ਕੋਲ ਆਪਣੀ ਕਿਸੇ ਰਾਹੁਲ ਦੇ ਨਾਮ 'ਤੇ ਆਈਡੈਂਟੀ ਇਹਨੇ ਦਿਖਾ ਕੇ ਰਹਿ ਰਿਹਾ ਸੀਗਾ। ਆਪਣਾ ਨਾਮ ਇਹਨੇ ਅਮਨਦੀਪ ਸਿੰਘ ਨੇ ਦੱਸਿਆ ਹੋਇਆ ਸੀ, ਰਾਹੁਲ ਕੁਮਾਰ ਦੱਸਿਆ ਹੋਇਆ ਸੀ। ਮਦਦ ਕਰਨ ਵਾਲਿਆਂ ਨੂੰ ਜੇ ਇਹ ਪਤਾ ਹੋਊਗਾ ਵੀ ਇਹ ਵਾਂਟਡ ਕ੍ਰਿਮੀਨਲ ਹੈ, ਪ੍ਰੋਕਲੇਮਡ ਅਫੈਂਡਰ ਹੈ, ਪੰਜਾਬ ਪੁਲਿਸ ਦਾ ਭਗੌੜਾ ਦੋਸ਼ੀ ਹੈ, ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ। ਪਰ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ, ਜੋ ਰਾਮਨੁਜ ਦੇ ਪ੍ਰੈਮਿਸਿਸ ਦੇ ਉੱਤੇ ਰਹਿ ਰਿਹਾ ਸੀਗਾ, ਉਹਨੂੰ ਇਹ ਆਪਣਾ ਰਾਹੁਲ ਕੁਮਾਰ ਨਾਮ ਦੱਸ ਕੇ ਉਹਦੀ ਆਈਡੈਂਟੀ ਦੇ ਕੇ ਉਹ ਰਹਿ ਰਿਹਾ ਸੀ।